بسم اللہ الرحمن الرحیم السلام علیکم ناظرین ਤੁਸੀਂ دیکھ ਰਹੇ ਹੋ ਸ਼ਹੀਨ ਆਫ ایشیا ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਸ਼ਹਬਾਸ਼ ਸ਼ਹੀਨ ਐਸ ਵਿਲੇਜ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਟੋਬਟਿਕਸਿੰਗ ਟੋਬਟਿਕਸਿੰਗ ਦਾ ਪਿੰਡ ਹੈ ਜੀ ਖਿਖੇ ਬੰਗਲੇ ਦੇ ਲਾਗੇ 346 ਗਾਹ ਬੇ ਤੇ ਇੱਥੇ ਮੇਰੇ ਨਾਲ ਮੌਜੂਦ ਨੇ ਜੀ ਭਾਈ ਮੁਸ਼ਰਫ ਸਾਹਿਬ ਜੀ ਸਾਫਗਾ ਹੀਰਾ ਬੈਲ ਵਾਲੇ ਔਰ ਇਹ ਸਾਰੇ ਦੋਸਤਾਂ ਦੀ ਸੰਗਤ ਹੈ ਜੀ ਇੱਥੇ ਨਾਲ ਸੰਗਤ ਹੈ ਜੀ ਸਾਡੇ ਅੱਜ ਦੇ ਗੱਲਾਂ ਬਾਤਾਂ ਨੇ ਸਾਂਝੀ ਹੋਣਗੇ ਜੀ ਭਾਈ ਮਖ्तार ਜੱਟ ਸਾਹਿਬ ਜੀ 302 ਪੱਟੀ ਚੱਕ ਸ਼ੋਰਕੋਟ ਰੋਡ ਜੇਹੜਾ ਰੋਡ ਜਿਹੜਾ ਜੀ ਔਰ ਨਾਲ ਮੇਰੇ ਮੌਜੂਦ ਨੇ ਜੀ ਭਾਈ ਆਮਰ ਅਲਮਰੂਫ ਲੱਡੋ ਜੀ ਜਿਨ੍ਹਾਂ ਦਾ ਪਿੰਡ ਜੀ 298 ਗਾਬੇ ਜ਼ਿਲ੍ਹਾ ਟੋਬਾ ਟੇਕ ਸਿੰਘ ਸੋ ਅੱਜ ਸਾਰੇ ਦੋਸਤਾਂ ਦੀ ਸੰਗਤ ਸਾਰੇ ਬੇਲੀ ਇੱਥੇ ਇਕੱਠੇ ਹੋਏ ਹੈ ਜੀ ਭਾਈ ਆਮਰ ਦੇ ਭਾਈ ਮਸ਼ਰਫ ਦੇ ਕੋਲ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਸਾਰਿਆਂ ਦੇ ਸ਼ੌਕ ਦੇ ਮਤਲਕਾ ਤੇ ਜੀ ਅਸਲਾਮੁਅਲੈਕਮ ਭਾਜੀ ਵਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਭਾਈ ਠੀਕ ਠਾਕ ਤੁਸੀਂ ਭਾਈ ਤੁਸੀਂ ਪਾਕਿਸਤਾਨ ਤੋਂ ਬਾਹਰ ਕਿਹੜੇ ਮਿਲੋਕ ਚ ਰਹਿੰਦੇ ਹੋ ਅਸੀਂ ਮਸਕਤ ਰਹਿੰਦੇ ਹਾਂ ਜੀ ਅੱਛਾ ਵੱਡੀ ਫੈਮਿਲੀ ਦੇ ਵਿੱਚ ਜੀ ਇਹ ਸ਼ੌਕ ਕਿਦੋਂ ਕਦ ਆਇਆ ਜੀ ਤੇ ਕਿੰਨੇ ਸ਼ੁਰੂ ਕੀਤਾ ਹਾਂ ਜੀ ਭਾਈ ਸਾਡੀ ਫੈਮਿਲੀ 'ਚ ਤਾਂ ਬਹੁਤ ਪੁਰਾਣਾ ਸ਼ੌਕ ਹੈ ਜੀ ਮੇਰੇ ਮਾਮੂ ਖੁਦ ਬੋਲ ਪਿਉਂਦੇ ਰਿਹਾ ਜੀ ਬੂਟਾ ਉਹਨਾਂ ਦਾ ਨਾਮ ਮਾਸ਼ਾਅੱਲਾ ਬਹੁਤ ਤਕੜਾ ਹਕਾਰ ਅਖਦੇ ਸੀ ਬੋਲਦਾ ਉਹਨੂੰ ਆ ਚਿੜੀ ਬੈਲ ਹੋ ਗਿਆ ਤੇ ਸਾਨ ਜੀ 45 ਵਾਲਾ ਮਾਸ਼ਾਅੱਲਾ ਮੇਰੇ ਕੋਲ ਸਾਵਾ ਬੋਲ ਸਿਗਾ ਉਹਨੂੰ ਹੱਕ ਦੇ ਰਹੇ ਉਹ ਮਾਸ਼ਾਅੱਲਾ ਬਹੁਤ ਤਕੜਾ ਹੱਕ ਦੇ ਸੀ ਔਰ ਸਾਰੇ ਮੇਲੇ ਵੰਨ ਵੀ ਕਰਦੇ ਸੀ ਅੱਛਾ ਜੀ ਉਸ ਤੋਂ ਬਾਅਦ ਮੇਰੇ ਵਾਲਾ ਸਾਹਿਬ ਸੁਹਾਗਾ ਭਿਓਂ ਨਰੇ ਜੀ ਪੁਰਾਣੇ ਸ਼ਿਕਾਰੀ ਸੀ ਪਹਿਲਾਂ ਤੋਂ ਇਸ ਸੁਹਾਗਾ ਭਾਜੀ ਤੁਸੀਂ ਤੋਜਵੀ ਭਜਾਇਆ ਜੀ ਨਹੀਂ ਜੀ ਮੈਂ ਨਹੀਂ ਭਜਾਇਆ ਦੇਖਦੇ ਤੇ ਰਹੇ ਜੀ ਉਹਨਾਂ ਹਾਂਜੀ ਦੇਖਦੇ ਰਹੇ ਉਹਨਾਂ ਨੂੰ ਭਜਾਉਂਦੇ ਨੂੰ ਤੇ ਅਸੀਂ ਖੁਦ ਦੇਖਦੇ ਵੀ ਰਹੇ ਆ ਸਾਡੇ ਕੋਲ ਬਾਲ ਵੀ ਰਹੇ ਸੁਹਾਗੇ ਦੇ ਬਾਅਦ ਵਿੱਚ ਫਿਰ ਅਸੀਂ ਸ਼ੁਰੂ ਕੀਤਾ ਇਹ ਦੌੜ ਬਿਆਲਗੜੀ ਦੌੜ ਜੜੀ ਹੈ ਇੱਚ ਕਿਦੋਂ ਕਿ ਐਂਟਰ ਹੋਏ ਜੀ ਇਹਦੇ ਵਿੱਚੋਂ ਜੀ ਐਂਟਰ ਦਾ ਅਸੀਂ ਬਹਾ ਦੇਰ ਦੇਈਆਂ ਤਕਰੀਬਨ ਪਹਿਲਾਂ ਮੈਂ ਹਾਂਜੀ ਉਹ ਭਜਾਉਂਦੇ ਰਿਹਾ ਬੈਲ ਮਾਸ਼ਾਅੱਲਾ ਬਹੁਤ ਤਕੜੇ ਭਜਾਉਂਦੇ ਰਿਹਾ ਬੈਲ ਉਹ ਤੇ ਆਪਣਾ ਇੱਕ ਹੁੰਦਾ ਸੀ ਉਹਨਾਂ ਕੋ ਸਾਈ ਵਾਲ ਇਹਨਾਂ ਦਾ ਸਿਓ ਵਾਲਾ ਉਹਨਾਂ ਦਾ ਬਾਜਮੀਆ ਦਾ ਕੋ ਬੈਲ ਹੁੰਦਾ ਸੀ ਉਹ ਵੀ ਹੱਕ ਚੀਨਾ ਉਹ ਵੀ ਹੱਕ ਦੇ ਰਹੇ ਹਾਂਜੀ ਉਹ ਵੀ ਹੱਕ ਦੇ ਰਹੇ ਮੇਰੇ ਮਾਮੂ ਮਾਸ਼ਾਅੱਲਾ ਬਹੁਤ ਤਕੜੇ ਬੋਲ ਭਜਾਉਂਦੇ ਸੀ ਕਾਦੀ ਬਹੁਤ ਸੀ ਬਾਜਮੀਆ ਬਾਜਮੀਆ ਵਾਲੇ ਬੋਲਦਾ ਕਾਦੀ ਬਹੁਤ ਸਗਾ ਜੀ ਬਹੁਤ ਤਕੜਾ ਭਜਦਾ ਸੀ ਤੇ ਉਹ ਨਾਰਮਲ ਬੋਲ ਦੇਣਾ ਤਾਂ ਉਹ ਤਾਂ ਜੋੜ ਹੀ ਨਹੀਂ ਬਣਦਾ ਸਹੀ ਗੱਲ ਹੈ ਜੀ ਹਾਂਜੀ ਤੇ ਹਾਂਜੀ ਇਹ ਤਾਂ ਹੋ ਗਿਆ ਨਾ ਜੀ ਉਹਨਾਂ ਦਾ ਮਾਮਾ ਜੀ ਦੀ ਸੁਵਾਰੀ ਹੋ ਗਈ ਉਹ ਪਹੁੰਚਾਉਂਦੇਰੇ ਤੁਹਾਡੇ ਕੋਲ ਆਪਣੇ ਕੋਲ ਬੈਲ ਲੈ ਮੈਂ ਜੀ ਬੈਲ ਬਾਈ ਮੁਤੀਉੱਲਾ ਦੇ ਪਿੰਡੋਂ ਲੈ ਆਈ ਪਹਿਲਾਂ ਸਵਾ ਬੈਲ ਅੱਛਾ ਜੀ ਤੇ ਉਦੋਂ ਉਹ 50 ਹਜ਼ਾਰ ਦਾ ਮੈਂ ਲੈ ਕੇ ਗਿਆ ਸੀ ਜੀ ਤੇ ਮਾਸ਼ਾਅੱਲਾ ਬਹੁਤ ਤਕੜਾ ਭੱਜਿਆ ਬੈਲ ਉਹ ਮੈਂ ਇਦੋਂ ਵੱਡੀ ਦੌੜ ਤੋਂ ਵੀ ਦੋ ਤਿੰਨ ਵਾਰੀ ਦੂਸਰਾ ਤੀਸਰਾ ਨੰਬਰ ਕੀਤਾ ਉਹਦੇ ਨਾਲ ਤੇ ਚੰਗਾ ਮਾਸ਼ਾਅੱਲਾ ਬੈਲ ਭੱਜਿਆ ਉਹ ਜਿਹੜਾ ਬਾਈ ਮੁਤੀਉੱਲਾ ਦੇ ਪਿੰਡੋਂ ਲਿਆ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਂ ਮੈਂ ਉਸਤਾਦ ਸ਼ਾਹਦ ਨੂੰ ਕਿੰਨਾ ਚਿਰ ਪੱਜਿਆ ਤੁਹਾਡੇ ਕੋਲ ਜੀ ਉਹ ਬਵਾਂ ਲੰਬਾ ਦੌੜਿਆ ਜੀ ਬਾਈ ਮਤੀਉੱਲਾ ਵਾਲੇ ਬੌਲ ਨਾਲ ਵੀ ਅਸੀਂ ਭਿਉਂਦੇ ਰਹਿਆ ਉਹ ਕਿਹੜੀ ਕੰਨੀ ਦਾ ਚੱਪੇ ਨਾਲ ਥੱਲੇ ਦੌੜਦਾ ਸੀ ਜੀ ਉਹ ਥੱਲੇ ਹੀ ਭੱਜਿਆ ਸਾਰਾ ਥੱਲੇ ਹੀ ਭੱਜਿਆ ਜੀ ਉਹ ਜ਼ਿਆਦਾ ਅੱਛਾ ਜੀ ਤੇ ਮੁੜ ਕੇ ਫਿਰ ਅਸੀਂ ਕਿਹੜੇ ਸਵਾਰ ਨੇ ਪਛਾਇਆ ਜੀ ਉਹਨੂੰ ਉਹਨੂੰ ਜ਼ਿਆਦਾ ਹੱਕਿਆ ਜੀ ਬਾਈ ਸ਼ੌਕੀ ਨੇ ਅੱਛਾ ਨਾ ਬਰੀਆਲੇ ਨੇ ਉਹ ਆਉਂਦਾ ਕੋ ਬਹੁਤ ਤਕੜਾ ਭੱਜਦਾ ਸੀ ਜੀ ਹੂੰ ਬਾਈ ਸ਼ੌਕੀ ਕੋ ਮਾਸ਼ਾਅੱਲਾ ਬਹੁਤ ਤਕੜਾ ਭੱਜਿਆ ਉਹ ਤੁਸੀਂ ਲਿਆ ਉਹਦਾ ਮੂੰਹ ਕਿਦਾਂ ਸੀ ਜੀ ਉਦੋਂ ਉਹ ਚੌਗਾ ਸੀ ਅੱਛਾ ਜੀ ਲੇਕਨ ਰੁਲਿਆ ਹੋਇਆ ਸੀ ਰੁਲਿਆ ਹੋਇਆ ਸੀ ਲੇਕਨ ਛਾਲਾ ਸੀਗੀਆਂ ਉਹਦੇ ਵਿੱਚ ਅੱਛਾ ਲੇਕਨ ਉਹ ਬੰਦਾ ਛੀਦਾ ਸਾਡੇ ਪਿੰਡ ਦੇ ਗਰੀਬ ਬੰਦਾ ਜੀ ਬਸ ਕੇ ਤੇ ਉਹ ਡਾਲੜਾ ਦੇ ਕੇ ਭਜਾ ਲਿਆ ਭਜਾ ਲਿਆ ਨਹੀਂ ਤੇ ਖੜਾ ਤੇ ਖੜਾ ਸਹੀ ਮਾਲ ਡੰਗਰ ਜ਼ਿਆਦਾ ਸੀ ਇਦਾਂ ਹੀ ਫਿਰ ਇਹਨਾਂ ਨੂੰ ਦੱਸਿਆ ਜੀ ਬੋਲ ਚੰਗਾ ਦੇਖ ਲੋ ਉਹ ਸਾਡਾ ਚਾਚਾ ਮਾਕੀ ਹੁਣੇ ਹੀ ਦੱਸਿਆ ਇਹਨਾਂ ਨੂੰ ਇਦਾਂ ਹੀ ਇਦਾਂ ਹੀ ਚਾਚੇ ਮਾਕੀ ਨੇ ਸਾਨੂੰ ਲੈ ਕੇ ਦਿੱਤਾ ਜੀ ਉਹ ਤਾਂ ਤੁਸੀਂ ਕਿਹਾ ਸੀ ਜੀ ਨਾਰਮਲ ਹੀ ਲਿਆ ਹੋਣਾ ਜੀ 22 ਮਾਕੀ ਨੇ ਸਾਨੂੰ ਜੀ ਉਹਦੀ ਕਹਾਣੀ ਤਾਂ ਬਹੁਤ ਲੰਬੀ ਵੱਲ ਜਾਂਦੀ ਆ ਹਾਂਜੀ ਜੇ ਤੁਸੀਂ ਕੋਈ ਸ਼ੇਅਰ ਕਰ ਦਿੰਦੇ ਸੀ ਨਹੀਂ ਦੱਸੋ ਤੁਸੀਂ ਉਹ ਬਾਈ ਅਸੀਂ ਮੈਂ ਤੇ ਆਪਣਾ ਮੌਲਵੀ ਫੁੰਦੀ ਐ ਤੇ 98 ਦਾ ਮੁੰਡਾ ਜੀ ਮੇਰੇ ਨਾਲ ਦੋਸਤੀ ਮੇਰਾ ਮੈਂ ਤੇ ਉਹ ਗਏ ਆ ਲੈਣ ਬੈਲ ਵਾਸਤੇ ਪੁੱਛਣ ਲੈਣ ਵਾਸਤੇ ਤੇ ਬਾਈ ਮਾਕੀ ਨੇ ਸਾਨੂੰ ਕਿਹਾ ਜੀ ਬੈਲ ਹੈਗਾ ਜੀ 35000 ਦਾ ਉਹਦੋਂ ਨਾਲੇ 35000 ਬਹੁਤ ਹੁੰਦਾ ਸੀ ਅੱਛਾ ਜੀ ਤੇ ਬਾਈ ਨੇ ਕਿਹਾ ਜੀ ਇੰਨੇ ਦਾ ਬੈਲ ਆ ਤੇ ਬਾਕੀ ਮਾਲਕਾਂ ਨੂੰ ਪੁੱਛ ਕੇ ਬੁਲਾ ਲੰਨੇ ਆ ਉਹਨਾਂ ਨੂੰ ਗੱਲਬਾਤ ਕਰਦੇ ਉਹਨਾਂ ਨਾਲ ਉਹ ਜਦੋਂ ਅਸੀਂ ਮਾਲਕਾਂ ਦਾ ਬੁਲਾਇਆ ਜੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਹੇ 2.5 ਲੱਖ ਲੈਣਾ ਅੱਛਾ ਹਾਂਜੀ ਤੇ ਬਾਈ ਕਹਿੰਦਾ ਨਹੀਂ ਜੀ ਬੈਲ ਹੀ ਲੈਣਾ ਤੁਸੀਂ ਜਾਓ ਹਾਂਜੀ ਤੇ ਅਸੀਂ ਕਹਾਂ ਬਾਈ ਨੇ ਬੈਲ ਤਾਂ ਹੁਣ ਲੈ ਕੇ ਜਾਣਾ ਆਏ ਹੋਏ ਆ ਤੂੰ ਇਹਨਾਂ ਨਾਲ ਗੱਲ ਕਰ ਇਹਨਾਂ ਨੂੰ ਸਮਝਾ ਬਾਹਰ ਲਿਜਾ ਕੇ ਵੀ ਤੁਹਾਡਾ ਇੰਨੇ ਦਾ ਬੈਲ ਆ ਤੇ ਤੁਹਾਨੂੰ ਬੰਦੇ ਆ ਲੈਣ ਦਵਾ ਦਨੇ ਆ ਤੇ ਉਹਨੇ ਕਹਾਂ ਨਹੀਂ ਜੀ ਅਸੀਂ ਨਹੀਂ ਹਜੇ ਉਹਨੇ ਅਸੀਂ 2.5 ਲੱਖ ਹੀ ਲੈਣਾ ਬਾਈ ਕਹਿੰਦਾ ਹੁਣ ਤੁਸੀਂ ਜਾਓ ਜੇ ਮੈਂ ਫੋਨ ਕਰੂੰਗਾ ਫੇਰ ਆਇਓ ਫੇਰ ਆਇਓ ਤੇ ਤਿੰਨ ਚਾਰ ਦਿਨ ਬਾਅਦ ਫੇਰ ਸਾਡੇ ਕੋ ਵੀ ਰਹਿ ਹੁੰਦਾ ਸੀਗਾ ਬੰਦੇ ਨਾਲ ਸਾਡੇ ਇਧਰ ਮੁਕਾਬਲੇ ਚੱਲਦੇ ਸੀਗੇ ਲੱਗ ਗਿਆ ਨਾ ਬੋਲ ਜਦੋਂ ਦਿਲ ਲੱਗ ਜੇ ਫੇਰ ਬੰਦਾ ਕਹਿੰਦਾ ਹੁਣ ਕੋਈ ਨਾ ਕੋਈ ਦੌੜ ਆਂਦੀ ਗਾਂ ਫੇਰ ਉੱਥੇ ਲਿਜਾ ਕੇ ਭਜਾਈਏ ਸੀ ਹੁਣ ਅੱਛਾ ਭਾਈ ਤੁਹਾਡੇ ਦਿਲ ਲੱਗਿਆ ਸੀਗਾ ਅੱਛਾ ਦਿਲ ਵੀ ਲੱਗਿਆ ਸੀ ਬਾਕੀ ਸਾਡਾ ਮੁਕਾਬਲਾ ਭਾਈ ਚੱਲਦਾ ਸੀ ਅਸੀਂ ਹਾਰ ਗਏ ਸੀ ਦੌੜ ਹਮ ਹਮ ਸਾਡਾ ਮੁਕਾਬਲਾ ਚੱਲਦਾ ਸੀ ਉਧਰ ਲੈਨੋ ਪਾਰ ਜਿਹੜੇ ਪਿੰਡ ਆ ਨਾ 25 30 ਪਿੰਡਾਂ ਦੀ ਦੌੜ ਹੁੰਦੀ ਹੁੰਦੀ ਸੀ ਉਹਦੇ ਵਿੱਚ ਸਾਡਾ ਮੁਕਾਬਲਾ ਪਹਿਲਾਂ ਪ ਤੇ ਉਹਨਾਂ ਨਾਲ ਅਸੀਂ ਲੱਗਦੇ ਰਹੇ ਆ ਫੇਰ ਆ ਬਾਈ ਆਂਬਰ ਦੇ ਪਿੰਡ ਆਪਣਾ ਬਾਈ ਫਕੀਰੀ ਉਹਨਾਂ ਨਾਲ ਸਾਡੇ ਬੜ ਲੱਗਦੇ ਰਹੇ ਜਿਹੜਾ ਬੜ ਉਧਰੋਂ ਜਿੱਤਦਾ ਸੀ ਉਹਦੇ ਨਾਲ ਗੱਡੀ ਲੱਗਦੀ ਸੀ ਅੱਛਾ ਜੀ ਫੇਰ ਤੁਸੀਂ ਦੁਬਾਰਾ ਗਏ ਅਸੀਂ ਹਾਂਜੀ ਦੁਬਾਰਾ ਫੇਰ ਬਾਈ ਨੇ ਸਾਨੂੰ ਫੋਨ ਮਾਰਿਆ ਉਹਨੇ ਕਿ ਆ ਜਾਓ ਮੇਰੀ ਗੱਲਬਾਤ ਹੋ ਗਈ ਉਹਨਾਂ ਨਾਲ ਤੇ ਤੁਹਾਨੂੰ ਦਵਾ ਲੈਣੇ ਬੜ ਅਸੀਂ ਦੁਬਾਰਾ ਗਏ ਤੇ ਫੇਰ ਉਹਨੇ ਕਿ ਨਹੀਂ ਜੀ 50000 ਤੋਂ 1 ਰੁਪਿਆ ਘੱਟ ਨਹੀਂ ਦੇਣਾ ਅੱਛਾ ਜੀ 50000 ਚ ਵੀ ਵਾਰੀ ਜੀ ਸੀਗਾ ਹਾਂਜੀ ਵਾਰੀ ਜੀ ਸੀ ਸਾਨੂੰ ਤਾਂ ਅਸੀਂ ਤਾਂ ਕਿਹਾ ਸੀ ਲੈ ਲੈਣੇ ਤਲੇਕਨ ਬਾਈ ਗਾ ਨਹੀਂ ਲੈਣਾ ਹੈਗਾ ਤੁਸੀਂ ਜਾਓ ਐਨੇ ਦੇ ਵਰਡ ਲੈਣਾ 35 ਤੋਂ ਬਾਅਦ ਨਹੀਂ ਲੈਣਾ ਅੱਛਾ ਜੀ ਬਾਈ ਮਾਕੀ ਕਹਿੰਦਾ ਸੀ ਅੱਛਾ ਇਹ ਕੋਈ ਜੇ ਤੋਂ ਸ਼ੌਕ ਦਾ ਕਹਿੰਦੇ ਮੁੱਲ ਕੋਈ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਉਹ ਫਿਰ ਵੀ ਤੁਸੀਂ ਆਪਣਾ ਸੋਈ ਉਹੀ ਰੱਖੀ ਤੀਹ ਦੀ ਤੁਹਾਨੂੰ ਪਤਾ ਹੀ ਆ ਫਿਰ ਨਹੀਂ ਬਾਈ ਬਾਕੀ ਨੇ ਰੱਖੀ ਉਹ ਅਸੀਂ ਤਾਂ ਉਹਨਾਂ ਨੂੰ ਕਿਹਾ ਤਾਂ ਉਸ ਜਿੰਨੇ ਦਾ ਮਿਲਦਾ ਲੈਣ 50 ਤੋਂ ਜੇ 50 ਤੱਕ ਦਿੰਦੇ ਲੈ ਦੋ ਕੋਈ ਨਹੀਂ ਟੈਨਸ਼ਨ ਉਹ ਫਿਰ ਉਹਨਾਂ ਨੇ ਕਿਹਾ ਜੀ ਚਲੋ ਜੇ ਤੁਸੀਂ ਨਹੀਂ ਹਟਦੇ ਤੇ ਫਿਰ ਲੈ ਲੈਣੇ ਉਹ ਤਾਂ ਕਹਿੰਦਾ ਨਹੀਂ ਲੈਣਾ ਹੀ ਨਹੀਂ ਹੈਗਾ ਤੁਸੀਂ ਜਾਓ ਮੈਂ ਹੋਰ ਬੱਛਾ ਦੇ ਦਾਂ ਕੋਈ ਮੇਰਾ ਬਾਈ ਨਹੀਂ ਲੈਣਾ ਹੁਣ ਇਹੀ ਹੈ ਅੱਛਾ ਜੀ ਉਮਰ ਕੇ ਫਿਰ ਉਹਨੇ ਕਹਾ ਨਹੀਂ ਫਿਰ ਜਾਓ ਹਜੇ ਨਹੀਂ ਲੈਣਾ ਅਸੀਂ ਫਿਰ ਮੁਰਥਲ ਬਾਹਰ ਕੱਢਿਆ ਤੇ ਮੈਂ ਤੁਹਾਡੇ ਇਹਨਾਂ ਦਾ ਪਿੰਡ ਕ੍ਰਾਸ ਕਰਨ ਲੱਗੇ ਆ ਹਾਂਜੀ ਤਾਂ ਮੈਨੂੰ ਮੌਲਵੀ ਨੇ ਨਹੀਂ ਫੋਨ ਆਇਆ ਮੌਲਵੀ ਨੇ ਕਿਹਾ ਯਾਰ ਬਹੁਤ ਆਪਾਂ 2-3 ਹਜ਼ਾਰ ਦੀ ਖਤਰ ਛੱਡ ਕੇ ਚੱਲੇ ਆ ਅੱਛਾ ਜੀ ਤੇ ਕੀ ਫਾਇਦਾ ਇਹਦਾ ਵੀ ਜੇ ਲੈਣਾ ਹੀ ਤਾਂ ਫਿਰ 2-3 ਹਜ਼ਾਰ ਨੇ ਕਿਹਾ ਮਹਿੰਗਾ ਹੋਣ ਲੱਗਾ ਮੈਂ ਕਹਾ ਮੋੜ ਮੁਰਥਲ ਐਡੇ 50000 ਰੁਪਏ ਉਹਨਾਂ ਨੂੰ ਫੜਾ ਦਿੱਤਾ ਤੇ ਤਕਰੀਬਨ ਇਸ਼ਾਰਾ ਟਾਈਮ ਹੋ ਗਿਆ ਇੱਥੇ ਪਿੰਡ ਹੀ ਤੇ ਉਦੋਂ ਚੌਰਾ ਵਾਲੀ ਵੀ ਬੜੀ ਸੀ ਸਾਡੇ ਘਰ ਦੇ ਪਰੇਸ਼ਾਨ ਉਹ ਫੋਨ ਫੋਨ ਹੁੰਦਾ ਕੋਈ ਨਹੀਂ ਸੀ ਵੀ ਆਇਆ ਨਹੀਂ ਹਜੇ ਤੱਕ ਪਤਾ ਨਹੀਂ ਕਿੱਥੇ ਰਹਿ ਗਏ ਪੈਸੇ ਵੀ ਇਹ ਮੁੰਡਿਆਂ ਦੇ ਕੋਲ ਤੇ ਉਹ ਜਦੋਂ ਫਿਰ ਗੱਲਬਾਤ ਹੋ ਗਈ ਬਾਈ ਨੇ ਕਿਹਾ ਵੀ ਇਹਨਾਂ ਨੂੰ ਚਲੋ 2-3000 ਰੁਪਏ ਛੱਡ ਦੇ ਡਾਲੇ ਦਾ ਉਹਨੇ ਕਹਾ ਨਹੀਂ ਜੀ ਮੈਂ 50000 ਤੋਂ ਕੱਟ ਦੇਣਾ ਹੀ ਨਹੀਂ ਅੱਛਾ ਜੀ ਉਹ ਅੰਦਰ ਜਾ ਕੇ 50000 ਦੀ ਗਿਣਕੇ ਮੁੜ ਕੇ ਫਿਰ ਵਾਪਸ ਆ ਗਿਆ ਹਾਂਜੀ ਕਹਿੰਦਾ ਜੀ ਇਹ ਤਾਂ ਮੈਂ 50000 ਤੋਂ ਕੱਟ ਨਹੀਂ ਦੇਣਾ ਹੈ ਮੈਂ ਕਿਹਾ ਬਾਈ 50000 ਤੇਰਾ ਹੋ ਗਿਆ ਬਹੁਤ ਦਾ ਸੀ ਲੈ ਕੇ ਜਾਣਾ ਮੈਂ ਬੌਲ ਦੇਖਣ ਤੋਂ ਬਿਗਿਆ ਸੌਦਾ ਕੀਤਾ ਸੀ ਮੈਂ ਬੌਲ ਦੇਖਿਆ ਨਹੀਂ ਸੀ ਅੱਛਾ ਜੀ ਹਾਂ ਜੀ 50000 ਗਿਣਾ ਕੇ ਫਿਰ ਬੌਲ ਦੇਖਿਆ ਸੀ ਲੇਕਿਨ ਜਦੋਂ ਬੌਲ ਦੇਖਿਆ ਮੇਰੇ ਆਪ ਰੋਂਗੜੇ ਖੜੇ ਹੋ ਗਏ ਸੀ ਬੌਲ ਦੇ ਪੱਲੇ ਕੋਈ ਛੇ ਜੰਨੇ ਸੀ ਅੱਛਾ ਅੱਛਾ ਇੰਨਾ ਮਾੜਾ ਸੀ ਉਹਨਾਂ ਨੇ ਏਡ ਸਾਈਡ ਪਾਪ ਆ ਕੇ ਤੇ ਬੌਲ ਦਾ ਉਹਨਾਂ ਨੂੰ ਸਤਿਆਨਾਸ਼ ਕੀਤਾ ਹੋਇਆ ਸੀ ਸਹੀ ਤੇ ਫਿਰ ਅਸੀਂ ਲੈ ਲੈ ਕੇ ਆਂਦਾ ਜੀ ਸਾਮਸੂng ਦੀ ਕੀਤੀ ਫਰਾਈਆਂ ਫਰਾਈਆਂ ਲਾਈਆਂ ਜੀ ਫਰਾਈਆਂ ਲਾਈਆਂ ਉਹਦੀਆਂ ਮਾਸ਼ਾਅੱਲਾ ਜਿਹਨੇ ਤੁਹਾਨੂੰ ਕੀ ਮੁਤਮਨ ਕੀਤਾ ਜੀ ਨਹੀਂ ਜੀ ਆ ਕੇ ਸਾਡੇ ਕੋਲ ਥੋੜਾ ਜਿਹਾ ਹੋ ਡੈਮੇਜ ਰਿਹਾ ਪਹਿਲਾਂ ਮੈਂ ਕਹਾਂਗਾ ਅ ਪਟੇਵਾਲ ਦਾ ਇਹ ਖਰਾਕ ਤੋਂ ਵੀਰ ਸੀ ਹਲੇ ਖਰਾਫੀ ਉਹਨਾਂ ਨੇ ਡਿਸਟਰਬ ਹੋਇਆ ਹਾਂਜੀ ਡਿਸਟਰਬ ਡਿਸਟਰਬ ਹੋਇਆ ਹਾਂਜੀ ਹਾਂਜੀ ਬੜ ਕੇ ਫਿਰ ਉਹਨੂੰ ਥੋੜੇ ਥੋੜੇ ਦੇ ਹੋਏ ਛੋਰੀ ਕੀਤੀ ਫਿਰ ਬਾਲ ਸਿੱਧਾ ਹੋਇਆ ਅੱਛਾ ਜੀ ਫਿਰ ਮਾਸ਼ਾਅੱਲਾ ਬੋਲ ਨੇ ਬਹੁਤ ਨਜ਼ਾਰੇ ਕੀਤੇ ਜ਼ਿਆਦਾ ਟਾਈਮ ਕਿਤੇ ਨਾ ਜੋੜ-ਜੋੜ ਬੰਦੇ ਰਹੇ ਜੀ ਡੜ ਗਿਆ ਸੀ ਵੱਡੀਆਂ ਦੌੜਾਂ ਭਜਾਈਆਂ ਜੀ ਬਾਹਰ ਉਧਰ ਜਾ ਕੇ ਉਹ ਅਸੀਂ ਭਜਾਈਆਂ ਜ਼ਿਆਦਾ ਸੋਦੀ ਡੜ ਨੇ ਮੈਲਾ ਆ ਜੀ ਉਹਦੇ ਨਾਲ ਡੱਬਾ ਬੜਾ ਅੱਛਾ ਜੀ ਉਹਦੇ ਨਾਲ ਭੱਜੀਆਂ ਤੇ ਦੋਏ ਬਾਲ ਭਜਦੇ ਬਹੁਤ ਚੰਗੇ ਸੀ ਮਾਸ਼ਾਅੱਲਾ ਉਹਦੇ ਨਾਲ ਅਸੀਂ ਸ਼ਹੀਦਾ ਜੰਗਾੜਾ ਵੀ ਬਾਈ ਪੇਜੀ ਵਾਲਾ ਬਾਈ ਪੇਜੀ ਵਾਲਾ ਸ਼ਹਾਦਾ ਔਰ ਜੰਗਿਆੜਾ ਸੀ ਮੋਟਕੀ ਕਰ ਜਾ ਕੇ ਹਰਾਏ ਸੀ ਇਸੇ ਜੋ ਦੇ ਨਾਲ 7949 ਵਾਲੇ ਗਰਾਉਂਡ ਦੇ ਵਿੱਚ ਹੁੰਦੇ ਹਾਂ ਉੱਥੇ ਜਾ ਕੇ ਅਸੀਂ ਇਹ ਹਰਾਏ ਕਚਾਰੋਂ ਸ਼ਾਮ ਨੂੰ ਸਾਡਾ ਉੱਥੋਂ ਤੀ ਜਾ ਕੇ ਪੜ ਨੇ ਦੂਆ ਨੰਬਰ ਲਗਿਆ ਸੀ ਅੱਛਾ ਅਸੀਂ ਸਵਾਰੀ ਬਾਈ ਸ਼ੌਕੀ ਨੇ ਕੀਤੀ ਜੀ ਹਾਂਜੀ ਸਵਾਰੀ ਬਾਈ ਨਹੀਂ ਉੱਥੇ ਜਦੋਂ ਭਜਾਇਆ ਸੀ ਉਦੋਂ ਬੌਲਦ ਭਜਾਇਆ ਸੀ ਬਾਈ ਆਜ਼ਮ 60 ਵਾਲੇ ਨੇ ਅੱਛਾ ਜੀ ਬਾਈ ਸ਼ੌਕੀ ਨੇ ਉਸ ਤੋਂ ਬਾਅਦ ਸ਼ੁਰੂ ਕੀਤਾ ਵੀ ਹੁਣ ਸਹੀ ਜੀ ਹਾਂਜੀ ਬਾਈ ਸ਼ੌਕੀ ਭਜਾਉਂਦਾ ਰਿਹਾ ਆਪਣਾ ਜਿਹੜਾ ਕਸਾਈਆਂ ਕੋਲ ਠੰਡਾ ਬੌਲਦ ਹੋ ਗਿਆ ਸੀ ਹੂੰ ਹੂੰ ਉਹ ਉਹਦੇ ਨਾਲ ਭਿਆਂਦਾ ਰਿਹਾ ਉਹ ਕਿਸਾਈਆਂ ਵਾਲਾ ਕਿਹੜਾ ਪਲਾਂਟ ਹਨਾ ਹੋਇਆ ਸੀ ਉਹ ਦੂਜਾ ਕੀ ਨਾਮ ਤਾਂ ਮੈਨੂੰ ਜੋਗੀ ਜੋਗੀ ਜੋਗਿਆ ਕਿਸਾਈਆਂ ਵਾਲਾ ਜੋਗੀ ਲੈ ਰਾਂ ਦੋ ਲੈ ਆਏ ਜੀ ਜੀ ਕਿਸਾਈਆਂ ਵਾਲਾ ਜੋਗੀ ਬਹੁਤ ਹੁੰਦਾ ਸੀ ਉਹਦੇ ਨਾਲ ਜ਼ਿਆਦਾ ਭਜਾਇਆ ਉਹਨਾਂ ਮ ਬਹੁਤ ਹਸਾਂ ਜਿੱਤੀਆਂ ਇਧਰੋਂ ਸਾਰਿਆਂ ਨੇ ਸਾਨੂੰ ਨਾ ਹੀ ਵਨ ਕੀਤੀਆਂ ਅੱਛਾ ਜੀ ਹਾਂਜੀ ਤੇ ਕਿੰਨਾ ਕੁ ਪੀਰੀਅਡ ਤੁਹਾਡੇ ਕੋਲ ਭਜਿਆ ਜੀ ਇਹ ਤਕਰੀਬਨ ਮਾਸ਼ਾਅੱਲਾ ਚੰਗਾ ਭਜਿਆ ਸਾਡੇ ਕੋਲ ਜੀ 3 ਸਾਲ 4 ਸਾਲ ਤਿੰਨ ਕੁ ਸਾਢੇ ਤਿੰਨ ਸਾਲ ਭਜਿਆ ਦੋ ਤਿੰਨ ਸਾਲ ਭਜਿਆ ਬਾਅਦ ਚੋਟਾ ਲੱਗਿਆ ਕੀ ਬਣੀ ਹਾਂਜੀ ਬਾਅਦ ਚ ਉਹਦੇ ਅਸਲ ਵਿੱਚ ਜੀ ਪਿਆਰਾਂ ਦਾ ਬੜਾ ਮਸਲਾ ਸੀ ਉਹ ਖੁਰੇ ਬਾਦਗ ਸੌਦਾ ਸੀ ਅੱਛਾ ਜੀ ਉਹਦੇ ਨਾਲ ਫਿਰ ਹੋਣਾ ਉਹਦੇ ਖੁਰੇ لازਮੀ ਲਵਾਉਣੀ ਪੈਂਦੀ ਸੀ ਠੀਕ ਜੀ ਤਕਰੀਬਨ 8 ਦਿਨਾਂ ਬਾਅਦ ਖੁਰੇ ਲਵਾਉਣੀ ਪੈਂਦੀ ਸੀ ਅੱਛਾ ਜੀ ਹਾਂ ਜੀ ਇੰਨਾ ਪਿਆਰ ਕਰਸਾਉਂਦਾ ਸੀ ਲੇਕਿਨ ਉਹ ਬਾਅਦ ਵਿੱਚ ਫਿਰ ਅਸੀਂ ਸੇਲ ਕਰ ਦਿੱਤਾ ਸੀ ਉਹ ਸੇਲ ਫਿਰ ਨਾਰਮਲ ਰੇਟ 'ਚ ਉਹ ਨਾਰਮਲ ਰੇਟ ਦੇ ਵਿੱਚ ਅਸੀਂ ਜਿੰਨੇ ਬਾਲ ਦੀ ਪਿਆਏ ਸਾਰੇ ਨਾਰਮਲ ਰੇਟ 'ਚ ਵੇਚੇ ਅਸੀਂ ਉੱਪਰ ਲਿਜਾ ਕੇ ਥਰੇ ਪਾਸੇ ਮਿਲ ਰਿਹਾ ਨਹੀਂ ਵੇਚੇ ਜਦੋਂ ਤੁਸੀਂ ਲਿਆਂਦਾ 50000 ਦਾ ਹਾਂ ਜੀ ਤੁਹਾਡੇ ਕੋਲ ਆ ਕੇ ਚੰਗਾ ਪੰਜਲਾ ਪਿਆ ਸੀ ਮਾਸ਼ੱਲਾ ਬਹੁਤ ਤਖੜਾ ਦੋੜ ਹੈ ਤੇ ਫਿਰ ਲੋਕਾਂ ਨੇ ਕੋਈ ਕਿਹਾ ਕਿ ਸਾਨੂੰ ਸੇਲ ਕਰ ਦੋ ਕਿਸੇ ਨੇ ਆਫਰ ਵਗੈਰਾ ਕੀਤੀ ਕੀਤੀਆਂ ਜੀ ਬੜੀਆਂ ਆਫਰਾਂ ਆਈਆਂ ਬਾਈ ਸ਼ੌਕੀ ਨੇ ਵੀ ਕਿਹਾ ਵਾ ਇਧਰ ਆਪਣੇ ਚੀਜਾ ਪਤਨੀਓ ਪਾਰਟੀਇ ਕਾਇ ਸੀ ਉਹਨਾਂ ਨੇ ਵੀ ਕਿਹਾ ਵਾ ਪੈਸੇ ਪੂਸੇ ਵੀ ਲਾਇਏ ਕਿਸੇ ਨੇ ਨਹੀਂ ਕੀਤੀ ਨਹੀਂ ਉਹਨਾਂ ਨੇ ਕਿਹਾ ਜੀ ਪੈਸੇ ਮੰਗੋ ਸੀ ਕਿ ਸੇਲ ਹੀ ਨਹੀਂ ਕਰਦੇ ਪੈਸੇ ਘਰ ਤੋਂ ਮੰਗਾਣੇ ਆ ਫਿਰ ਰੇਟ ਕਾ ਦਾ ਲੱਗਣਾ ਜੀ ਫਿਰ ਮੇਰੇ ਕੋਲ ਚੀਨਾਬਾਲ ਦਾ ਘਰ ਦਾ ਹੁੰਦਾ ਸੀ ਕਿੰਨਾ ਬੈਲ ਤੁਸੀਂ ਕਿੱਥੋਂ ਲਿਆ ਜੀ ਚੀਨਾ ਲਿਆ ਜੀ ਉਸਤਾਦ ਸ਼ਾਹਦ ਦੇ ਗਵਾਂਢ ਖੜਾ ਸੀ ਅੱਛਾ ਜੀ ਉਹਨਾਂ ਕੋਲ ਲੈ ਕੇ ਆਂਦਾ ਸੀ 75000 ਦਾ ਜੀ ਤੇ ਆਪਣਾ 22 ਸਮੈਲ 99 ਵਾਲਾ ਹਾਂਜੀ ਉਹਨੇ ਉਹ ਫੇ ਲੈ ਕੇ ਆਇਆ ਸੀ ਚੀਨਾ ਬੋਲ ਬਾਈ ਸ਼ਾਹ ਦੇ ਪਿੰਡੋਂ ਹੀ ਬਾਈ ਸ਼ਾਹ ਨੇ ਸੌਦਾ ਕਰਾਇਆ ਸੀ ਬਾਈ ਸ਼ਾਹ ਨੇ ਦੱਸਿਆ ਸਾਨੂੰ ਉਦੋਂ ਮੂੰਹ ਕਿਦਾਂ ਸੀ ਜੀ ਉਹ ਦੋਂਦਾ ਬਹਿੜਾ ਸੀ ਉਦੋਂ ਅੱਛਾ ਜੀ ਭੱਜਦਾ ਸੀਗਾ ਹਾਂਜੀ ਭੱਜਦਾ ਸੀ ਅੱਛਾ ਜੀ ਤੇ ਉਹਦੇ ਗਵਾਨ ਹੀ ਖੜਾ ਸੀ ਇੱਕ ਦਰਦਜੀ ਮੁੰਡਾ ਸੀ ਤੇ ਉਹਦੇ ਕੋਲੋਂ ਸੀ ਉਹਦੇ ਕੋਲ ਲੈ ਕੇ ਆਉਂਦਾ ਸੀ ਬਾਈ ਸ਼ਾਹ ਨੇ ਦਵਾਇਆ ਸਾਨੂੰ ਤੇ ਫਿਰ ਤੁਹਾਡੇ ਕੋਲ ਲਿਆ ਕੇ ਜੀ ਫਿਰ ਉਹ ਕਿਹੜੇ ਮਰਾਹਲ ਚੋਂ ਗੁਜ਼ਰਿਆ ਜੀ ਮਾਸ਼ਾਅੱਲਾ ਉਹ ਚੰਗਾ ਧੋੜਾ ਜੀ ਬਹੁਤ ਚੰਗਾ ਧੋੜਾ ਜੀ ਬਾਵਾ 3-4 ਸਾਲੋਂ ਵੀ ਧੋੜਾ ਸਾਡੇ ਕੋਲ ਕਿਹੜੀ ਕੰਨੀ ਤੇ ਧੋੜਿਆ ਜੀ ਉੱਪਰ ਹੀ ਧ ਇਹ ਫੇਦੜਾਇਆ ਸੀ ਸ਼ਾਹਦ ਨੇ ਜੀ ਹਾਂਜੀ ਬਾਈ ਸ਼ਾਹਦ ਨੇ ਲੜਾਇਆ ਇਹ ਸਾਰਾ ਜਿੰਨਾ ਵੀ ਲੜਾਇਆ ਜਿੰਨੀ ਵਾਰੀ ਵੀ ਧੜਾਇਆ ਨਾ ਬਾਈ ਸ਼ਾਹਦ ਨੇ ਲੜਾਇਆ ਜੀ ਅੱਛਾ ਜੀ ਹਾਂਜੀ ਵਿੱਚ ਤੇ ਕੀ ਰਸਾ ਬਦਲ ਕੇ ਪਾਉਂਦੇ ਰਹੇ ਆਂ ਜੋੜ-ਜੋੜ ਉਹਦਾ ਕਿਤੇ ਨਾ ਚੰਗਾ ਬਣਦਾ ਸੀ ਜੀ ਥੱਲੇ ਪਾਸੇ ਕਿਹੜਾ ਬੈਲ ਹੁੰਦੇ ਸੀ ਉਹਦ ਨਾਲ ਜੋੜ ਜ਼ਿਆਦਾਤਰ ਜੀ ਭਾਈ ਇਹ ਨਾ ਸਾਡੇ ਇੱਥੇ ਲੈਂਨ ਤੋਂ ਇੱਕ ਇੱਧਰ ਇੱਕ ਉਧਰ ਇਹ ਜਨਨ ਕਿ ਉਦੋਂ ਕਹ ਲਓ ਰੋਜ਼ ਦੀਆਂ ਦੌੜਾਂ ਹੁੰਦੀਆਂ ਚੌਥੇ ਦਿਨ ਜਾਂ ਪੰਜਵੇਂ ਦਿਨ ਬੋਲ ਦੇਣੀ ਦੇਣੀ ਆ ਜਿਹੜਾ ਬੰਦਾ ਪਾਰਟੀ ਵਾਲਾ ਹਰਗੇ ਤੇ ਹੀ ਬਾ ਹਾਂ ਇਦਾਂ ਹੀ ਦੌੜ ਦਿੰਦੇ ਤੇ ਉਹ ਫਿਰ ਇੰਟਰਨੈਸ਼ਨਲ ਨਹੀਂ ਕਹਿ ਸਕਦੇ ਉਹਦੀ ਨੈਸ਼ਨਲ ਲੈਵਲ ਤੇ ਕਹਿ ਸਕਦੇ ਵੀ ਇੱਕ ਲੈਂ ਤੋਂ ਉਧਰ ਦੇ ਖੁਦਰ ਦਾ ਜਾਨੀ ਆਪਣੀ ਪੱਟੀ ਦੀਆਂ ਦੌੜੇ ਭਜਿਆ ਜੀ ਹਾਂਜੀ ਜ਼ਿਆਦਾ ਪੱਟੀ ਦੀਆਂ ਭਜਿਆ ਵਾ ਮੁੜ ਕੇ ਇਧਰ ਵੀ ਆ ਭਜਾਇਆ ਮਾਸ਼ੱਲਾ ਬਹੁਤ ਚੰਗਾ ਭਜਿਆ ਵਾ ਇਧਰ ਆਪਣਾ ਜਾਨੀ ਘੱਟ ਹਿੱਸਾ ਲਿਆ ਉਹਦੇ ਨਾਲ ਹਾਂਜੀ ਉਹ ਇਧਰ 44 ਵਾਲੇ ਬੋਲ ਨਾਲ ਭਜਿਆ ਜੀ ਆਪਣਾ ਅਬਦਲਮਾਨ ਵਾਲੇ ਨਾਲ ਦੋ ਤਿੰਦਰਾ ਨਬੋ ਚੰਗਾ ਦੌੜਿਆ ਰਾਣਾ ਸ਼ਰੀਪ ਸਾਹਿਬ ਨੂੰ ਮਾਸ਼ੱਲਾ ਬੜਾ ਬਹੁਤ ਦੌੜ ਦਾ ਪਸੰਦ ਸੀ ਉਹ ਅੱਛਾ ਜੀ ਹਾਂਜੀ ਰਾਣਾ ਸ਼ਰੀਪ ਸਾਹਿਬ ਨੇ ਮੇਰੇ ਵਾਲਾ ਸਾਹ ਨੂੰ ਇੱਕ ਦਿਵਾਰੇ ਬਾਅਦ ਨੇ ਪੁੱਛਿਆ ਵੀ ਹਾਂਜੀ ਵੀ ਬੜਾ ਉਹ ਤੁਹਾਡਾ ਬੜਾ ਕਿੱਧਰ ਗਿਆ ਉਹ ਵਾਲਾ ਸਾਹਿਬ ਨੇ ਕਹਿੰਦਾ ਮੁੰਡਾ ਬਾਹਰ ਚੱਲ ਗਿਆ ਸਾਡਾ ਡਾ ਸਾਹਮਦਾ ਸੌਂਦਾ ਸੀ ਤੇ ਮੁੜ ਕੇ ਸਾਡੇ ਕੋਲ ਪਹੁੰਚਾਈ ਨਹੀਂ ਹੋਇਆ ਉਹਨਾਂ ਪਿੱਛੇ ਨਹੀਂ ਪਹੁੰਚਾਇਆ ਮੁੜ ਕੇ ਕਰ ਜਾ ਪੀਲਾ ਬੇੜਾ ਵੀ ਥੋੜਾ ਚੰਗਾ ਸੀ ਹਾਂਜੀ ਪੀਲਾ ਬੇੜਾ ਵੀ ਸਾਡੇ ਕੋਲ ਮਾਸ਼ੱਲਾ ਕਿ 49 ਚੋਂ ਲਿਆ ਸੀ ਤੇ ਚੀਨਾ ਬਾਅਦ ਦੇ ਵਿੱਚ ਸੇਲ ਕਰਤਾ ਜੀ ਉਹ ਹਾਂਜੀ ਚੀਨਾ ਵੀ ਆਣ ਤੇ ਸੇਲ ਕੀਤਾ ਚੀ ਇਹ ਬਾਦਸ਼ਾਹ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਆਪਣੇ 38 ਵਾਲੇ ਕਾਲੇ ਹੁਣ ਹੀ ਲੈਂਦੇ ਸੀ ਉਦੋਂ ਅੱਛਾ ਜੀ ਇਹ ਬਾਦਸ਼ਾਹ ਨੂੰ ਕਹਿੰਦੇ ਰਏ ਪਸੰਦਵਾ ਦੇ ਤੇ ਬਾਦਸ਼ਾਹ ਨੇ ਕਿ ਆਪ ਕਿਦਾਂ ਕਰਨੀ ਆ ਮੈਂ ਕਹਾ ਨਹੀਂ ਵੀ ਆਪਾਂ ਨਹੀਂ 베ਚਦੇ ਬੋਲ ਜਿਉਂ ਜਾਣਾ ਹੀ ਗਰਾਊਂਡ ਦੇ ਵਿੱਚ ਆ ਫਿਰ 베ਚਣਾ ਕਾਦੋਂ ਸਹੀ ਜੇ ਉਹਨੂੰ 베ਚ ਕੇ ਹੋਵੇ ਹੀ ਲੈਣਾ ਫਿਰ ਇਹੀ ਠੀਕ ਇਸ ਕਰਕੇ ਫਿਰ ਅਸੀਂ ਕੋਈ ਬਾਲ ਨੂੰ ਜਿਹੜਾ ਦੌੜਦਾ ਨਹੀਂ 베ਚਿਆ ਤੇ ਬਾਅਦ ਵਿੱਚ ਮੇਰੇ ਦਰਾਂ ਨੀ ਫਿਰ ਤੁਸੀਂ ਚਲੇ ਗਏ ਬਾਹਰ ਜੀ ਆਹਦੇ ਚੀਨਾ ਉਹ ਕੋਲ ਸੀ ਜਦੋਂ ਮੈਂ ਚੱਲ ਗਿਆ ਸੀ ਬਾਹਰ ਅੱਛਾ ਜੀ ਫਿਰ ਤੁਹਾਡੇ ਤੋਂ ਬਾਅਦ ਕਿੰਨੇ ਮੈਨੇਜ ਕੀਤਾ ਸ਼ੌਕ ਨੂੰ ਜੀ ਮੇਰੇ ਤੋਂ ਛੋੜੇ ਵੀ ਭਾਈ ਇਹ ਬੈਠਾ ਜੀ ਇੱਕ ਰਮਜ਼ਾਨ ਅੱਛਾ ਜੀ ਤੇ ਇਹ ਸੀ ਬਾਅਦ ਵਿੱਚ بڑے ਭਾਈ ਤੋਂ ਤੁਸੀਂ ਇੱਥੇ ਹੀ ਆ ਦਰਫਕਾਰ ਤੇ ਉਹਨਾਂ ਕੋ ਨਹੀਂ ਦੌੜਿਆ ਬੜਾ ਮੁੜ ਕੇ ਅੱਛਾ ਇਹ ਵੀ ਚੀਨਾ ਵੀ ਤੁਸੀਂ ਨਾਰਮਲ ਰੇਟ ਤੇ ਵੇਚ ਤਾਂ ਹਾਂ ਨਾਰਮਲ ਰੇਟ ਤੇ ਵੇਚ ਬਾਅਦ ਦੇ ਵਿੱਚ ਕਿਹੜਾ ਬੈਲ ਲਿਆ ਜੀ ਬਾਅਦ ਦੇ ਵਿੱਚ ਸ਼ੇਰ ਦੇ ਲਿਆ ਜੀ ਹੁਣ ਅੱਛਾ ਹੁਣ ਭਾਈ ਖਾਲਸਾ ਨੇ ਉਸ ਤੋਂ ਪਹਿਲਾਂ ਵੀ ਇੱਕ ਬੜਾ ਲਿਆ ਜੀ ਮੈਂ ਤੇ ਭਾਈ ਖਾਲਸ ਨੇ ਅੱਛਾ ਜੀ ਬਾਕੀ ਰੰਗ ਦਾ ਸੀਗਾ ਤੇ ਉਹ 60 ਤੋਂ ਲਿਆ ਸੀ ਅਸੀਂ ਖਾਲਸਾ ਸਰਦਾਰ ਜੀ ਖਾਲਸਾ ਸਰਦਾਰ ਡੋਗਰ ਭਈ ਹੈ ਸਾਡੇ ਜੀ ਹਾਂਜੀ ਉਹਨਾਂ ਨੇ ਇਸ ਤਰ੍ਹਾਂ ਕੇ ਲਿਆ ਸੀ ਆਪਣਾ ਕੈਸਰ 60 ਵਾਲੇ ਦੇ ਪਿੰਨੋ ਤੇ ਕੈਸਰ ਨੇ ਸਾਨੂੰ ਦਵਾਇਆ ਸੀ ਫਰਾਈ ਉਹਦੀ ਲੱਗੀ ਸੀ ਇੱਕ ਬੋਲ ਦੇ ਨਾਲ ਤੇ ਉਹ ਚੜੀ ਸੀ ਨਟ ਤੇ ਉਹ ਦੇਖ ਕੇ ਸਦਾ ਕੀਤਾ ਸੀ 2 ਲੱਖ ਦਾ ਅੱਛਾ ਜੀ ਤੇ ਉਹਨੇ ਵੀ ਤਿੰਨ ਚਾਰ ਕੱਪ ਦੂਸਰੇ ਤੀਸਰੇ ਕੀਤੇ ਤੇ ਉਹ ਫਿਰ ਅਸੀਂ ਬਾਅਦ ਵਿੱਚ ਸੇਲ ਕਰਤਾ ਸੀ ਫਿਰ ਸੇਲ ਵੀ ਚੰਗੇ ਰੇਟ ਦਾ ਹੋਇਆ ਜੀ ਨਹੀਂ ਜੀ ਉਹ ਵੀ ਨਾਰਮਲ ਰੇਟ ਹੀ ਸੇਲ ਕੀਤਾ ਉਹ ਕੀ ਗੱਲ ਉਹ ਪ੍ਰੋਗਰੈਸ ਡਾਊਨ ਹੋ ਕਰ ਗਿਆ ਸੀ ਜੀ ਹਾਂਜੀ ਬਾਅਦ ਵਿੱਚ ਉਹ ਪ੍ਰੋਗਰੈਸ ਡਾਊਨ ਕਰ ਗਿਆ ਸੀ ਅਸੀਂ ਖੰਸੀ ਘਰਾਤਾ ਸੀ ਉਹਦੀ ਵਜ੍ਹਾ ਨਾਲ ਥੋੜਾ ਧੋੜਿਆ ਬਾਅਦ ਵਿੱਚ ਖੰਸੀ ਘਰਾਉਣ ਤੋਂ ਹਾਂਜੀ ਸਹੀ ਜੀ ਉਹ ਅਸੀਂ ਇੱਧਰ ਆਪਣਾ ਮੈਲਸੀਆ ਦਿੱਤਾ ਸੀ ਜੀ ਸਾਡੇ ਆਪਣਾ ਦਵਾਸਲਾਂ ਵਾਲੇ ਬੰਦੇ ਆ ਡਾਕਟਰ ਮਾਜਦ ਸਾਹਿਬ ਉਹ ਲੈ ਗਏ ਸੀ ਮੈਲਸੀਆ ਵਾਲਾ ਹਾਂਜੀ ਮੈਲਸੀਆ ਅੱਛਾ ਜਾਂ ਲੋਧਰਾਂ ਜਾਂ ਬੇਲੀ ਭਾ ਦਾ ਉਹ ਹਾਂਜੀ ਉਹ ਲੈ ਗਏ ਸੀ ਤੇ ਉਹਨਾਂ ਕੋ ਜਾ ਕੇ ਵੀ ਘਰ ਨਹੀਂ 도ੜਿਆ ਉਹਨਾਂ ਨੇ ਵੀ ਮਨਸ਼ਾ ਨੂੰ ਸੇਲ ਕਰ ਦਿੱਤਾ ਸਹੀ ਜੀ ਤੇ ਹੁਣ ਤੁਹਾਡਾ ਸ਼ੌਕ ਜੀ ਇਸ ਟਾਈਮ ਨਾ ਸ਼ੇਰ ਦੇਲਾ ਜੀ ਹਾਂ ਜੀ ਇਸ ਟਾਈਮ ਸ਼ੇਰ ਦੇਲਾ ਜੀ ਮਸ਼ਾਅੱਲਾ ਅੱਲਾ ਆਜਾਤੀ ਕਰਿਓ ਦੀ ਸਹੀ ਜੀ ਉਹਨੂੰ ਹੁਣ ਪਹਜਾਗ ਦੇਖਦੇ ਜੀ ਤੇ ਇਹ ਸ਼ੇਰ ਦੇਲ ਬਾਜੀ ਤੁਸੀਂ ਆਪਣਾ ਕਿਸੇ ਦੇ ਕੋਲੋਂ ਲਿਆ ਜਾਂ ਭਾਤਕੀਰ ਦੇ ਘਰ ਦੇ ਜੀ ਨਹੀਂ ਭਾਈ ਤਕੀਰ ਨੇ ਗਾਂ ਕਿਸੇ ਕੋਲੋਂ ਲਿਆ ਸੀ ਜੀ ਅੱਛਾ ਜੀ ਮਨੀਰ ਨੇ ਆਪਣਾ 85 ਵਾਲਾ 85 ਵਾਲਾ ਬਾਬਡਾਲਾ ਜੀ ਬਾਬਟਾਲ ਹਾਂ ਜੀ ਉਹਦੇ ਘਰੋਂ ਲੈ ਕੇ ਆਈ ਉਹ ਕਿੰਨੇ ਦਾ ਲਿਆ ਜੀ ਤੁਸੀਂ ਛੋਟਾ ਹੀ ਸੀ ਬੜਾ ਉਹਨਾਂ ਨੇ ਲਿਆ ਪਤਾ ਨਹੀਂ 56000 ਦਾ ਲਿਆ ਉਹ ਲਿਆ ਤਕੀਰ ਕੱਲੇ ਨੇ ਸੀ ਜਦੋਂ ਲਿਆ ਹਾਂਜੀ ਤਕੀਰ ਕੱਲੇ ਨੇ ਲਿਆ ਸੀ ਅੱਛਾ ਜੀ ਅਸੀਂ ਤਾਂ ਹੁਣੇ ਸਾਰਾ ਰੱਖਿਆ ਜੀ ਉਹਦੇ ਵਿੱਚ ਥੋੜੀ دیر ਹੋਈ ਹੈ ਅੱਛਾ ਹੁਣ ਪਾਜੀ ਉਹ ਕਿੰਨੀ ਕੀਮਤ 'ਚ ਹਿੱਸੇ ਪਏ ਤੁਹਾਡੇ ਅਸੀਂ 8 ਲੱਖ 'ਚ ਰੱਖਿਆ ਜੀ ਸਾਰਾ ਉਹਨਾਂ ਦਾ 4 ਲੱਖ ਦੇ ਕੇ ਰੱਖਿਆ ਮਿਆਂ ਦੇ ਭਾਈ ਖਾਲੂ ਸਹੀ ਜੀ ਹਾਂਜੀ ਜਣੀ 8 ਲੱਖ ਟੋਟਲ ਕੀਮਤ ਉਹਦੀ ਸੱਜੀ ਗਈ ਜੀ ਟੋਟਲ ਕੀਮਤ 8 ਲੱਖ ਸੀ 4 ਦਿੱਤਾ ਮੈਂ ਆਦੇ ਭਾਈ ਖਾਲ ਨੇ ਇਹ ਸ਼ੇਰ ਦੇਲ ਕਿਹੜੀ ਕੰਨੀ ਦੇ ਭੱਜਦਾ ਜੀ ਇਹ ਉੱਪਰ ਹੀ ਦੌੜਦਾ ਜੀ ਹਜੇ ਤਾਂ ਅੱਛਾ ਮੂੰਹ ਦੋਂਦਾ ਨਾ ਜੀ ਹਾਂਜੀ ਦੋਂਦਾ ਹਜੇ ਜੀ ਤੇ ਜ਼ਿਆਦਾਤਰ ਗਾਮੂ ਹੀ ਪਹੁੰਚਦਾ ਜੀ ਇਹਨੂੰ ਉਸਤਾਲ ਗਾਮੂ ਹੀ ਹੱਕਦਾ ਜੀ ਉਹਨੂੰ ਜ਼ਿਆਦਾਤਰ ਹਜੇ ਤਾਂ ਅੱਛਾ ਜੀ ਇਹ ਗੱਲ ਗਾਮੂ ਦਾ ਆਬਦਾ ਵੜਾ ਜੀ ਉਹ ਤਕੀਰ ਦਾ ਹੋਇਆ ਗਾਮੂ ਦਾ ਇੱਕੋ ਗੱਲ ਸਹੀ ਜੀ ਹਾਂਜੀ ਬਾਕੀ ਭਾਈ ਤਕੀਰ ਲਈ ਇਹ ਆ ਉਹਨੂੰ ਥੋੜੀ ਮਿਹਨਤ-ਮੁੰਦ ਕਰੇ ਫਿਰ ਬੈਲ ਸੈਟਾ ਕੋ ਜੋੜ-ਜੋੜ ਬਣਾਵੇ ਲੇਕਿਨ ਬੈਲ ਚੰਗਾ ਬਾਕੀ ਜਦ ਤੱਕ ਸਕੋਰ ਨਹੀਂ ਹੁੰਦਾ ਸ਼ਿਕਾਰੀਆਂ ਦੀ ਨਿਗਾਹ 'ਚ ਨਹੀਂ ਆਉਂਦਾ ਗੱਲ ਤੇ ਇਹ ਹੈ ਜਦੋਂ ਸਕੋਰ ਕਰੇਗਾ ਉਹਦੇ ਕੁਝ ਨਾ ਕੁਝ ਹੋਣਾ ਤੇ ਤੁਸੀਂ ਭਾਜੀ ਆਮ ਰੁਟੀਨ 'ਚ ਜੀ ਕਿੰਨੇ ਟਾਈਮ ਬਾਅਦ ਬਾਹਰ ਹੁੰਦੇ ਜੀ ਮਿਆਰੀ ਸਾਲ ਬਾਅਦ ਹੀ ਹਾਂ ਮੈਂ 사ウਦੀਆ ਰਹੇ ਪਹਿਲਾਂ ਭਾਈ ਤਿੰਨ ਸਾਲ ਉਹ ਤੋਂ ਵੀ ਸਾਲ ਬਾਅਦ ਹੁੰਦੇ ਸਾਲ ਬਾਅਦ ਘਰ ਆ ਜੀ ਅੱਛਾ ਜੀ ਤੇ ਹੁਣ ਮਸਕਸਗੇ ਹੁਣ ਵੀ ਸਾਲ ਬਾਅਦ ਹੀ ਸਹੀ ਜੀ ਹਾਂਜੀ ਸਾਲ ਬਾਅਦ ਘਰ ਆ ਜੀ ਜਦੋਂ ਲਾਜ਼ਮੀ ਤਿੰਨ ਮਹੀਨੇ ਰਹਿ ਗਏ ਦੋ ਮਹੀਨੇ ਰਹਿ ਜੀ ਸਾਲਵਾ ਲਾਦਮੀ ਜੱਕਰ ਮਾਰਦੇ ਤੇ ਉੱਥੇ ਵੀ ਤੁਹਾਡੀ ਰੂਟੀਨ ਇਸ ਤਰ੍ਹਾਂ ਹੁੰਦੀ ਹੈ ਜਾਨੀ ਸੋਸ਼ਲ ਮੀਡੀਆ ਟੱਚ ਰਹਿੰਦੇ ਆ ਦੋਣਾ ਗੱਲਾਂ ਮੈਂ ਟੱਚ ਤਾਂ ਫਿਰ ਹੀਦਾ ਜੀ ਹਾਂਜੀ ਜਦੋਂ ਦੌੜ ਹੁੰਦੀ ਆ ਤੇ ਸਾਰੇ ਦਿਹਾੜੀ ਟੱਚ ਹੀ ਹੁੰਦੇ ਆ ਤੇ ਉਧਰ ਕੰਮ-ਕੁਮ ਕਿੱਦਾਂ ਮੈਨੇਜ ਕਰਦੇ ਆ ਜੀ ਬਸ ਕੰਮ ਵੀ ਨਾਲ ਕਰੇ ਜਾਂਦਾ ਜੀ ਅਲਹਮਦੁਲਿਲਾ ਅੱਗੇ ਉੱਥੇ ਅਸੀਂ ਬੰਦੇ ਹੈਗੇ ਚਾਰ-ਪੰਜ ਸੀਗੇ ਨਾਲ ਕੰਮ ਆਪਣਾ ਸੀ ਲਿਆ ਹੋਇਆ ਟਿਕ ਤੇ ਲਿਆ ਕਰੀਦਾ ਸੀ ਬੰਦੇ ਲੱਗੇ ਰਹਿੰਦੇ ਸੀ ਕੰਮ ਨੂੰ ਆਫਰ ਇਧਰੇ ਟੱਚ ਰਹੇ ਸੀ ਸਹੀ ਜੀ ਹਾਂਜੀ ਭਾਈ ਜੀ ਉੱਥੇ ਇੰਜੀਨੀਅਰ ਆ ਜੀ ਭਾਈ ਤੇ ਮਸਕਤ ਦੇ ਵਿੱਚ ਆ ਆਲੂ ਛੋਟੇ ਵੱਡੇ ਕਰੀਦੇ ਆ ਨਹੀਂ ਆਲੂ ਛੋਟੇ ਵੱਡੇ ਕਰਦੇ ਨਹੀਂ ਉਥੇ ਸਬਜ਼ ਮੰਡੀ ਦਾ ਕੰਮ ਆ ਜੀ ਅੱਛਾ ਜੀ ਤੇ ਸਬਜ਼ੀ ਦੇ ਵਿੱਚ ਅਸੀਂ ਜ਼ਿਆਦਾ ਉਥੇ ਆਲੂ ਦਾ ਕੰਮ ਕੀਤਾ ਸਹੀ ਜੀ ਆਲੂ ਜਾਨੀ ਪੈਕਿੰਗ ਕਰੀਦੀ ਆ ਸਹੀ ਸਹੀ ਤੇ ਉਥੇ ਵੀ ਤਿੰਨ ਚਾਰ ਬੰਦੇ ਨਾਲ ਰੱਖੇ ਹੋਏ ਆ ਜੀ ਉਹ ਫਿਰ ਕੰਮ ਕਰੀਦਾ ਸੀ ਹੁਣ ਦੁਬਾਰਾ ਇਨਸ਼ਾ ਅੱਲਾਹ ਜਾ ਰਹੇ ਹਾਂ ਇਨਸ਼ਾ ਅੱਲਾਹ ਖੈਰ ਕਰੇ ਅੱਛਾ ਭਾਈ ਤੁਸੀਂ ਗੱਲ ਕੀਤੀ ਵੀ ਉੱਥੇ ਸਬਜ਼ੀ ਦਾ ਕੰਮ ਕਰਦੇ ਪੈਕਿੰਗ ਦਾ ਜਿਹੜੇ ਆਲੂ ਕਿਹੜੇ ਮੁਲਕਾਂੋਂ ਆਉਂਦਾ ਜੀ ਆਲੂ ਸਾਰੇ ਮੁਲਕਾਂ ਜਿਹੜਾ ਆ ਰਿਹਾ ਜੀ ਉੱਥੇ ਆਪਣੇ ਪਾਕਿਸਤਾਨ ਜਿਹੜਾ ਮਾਸ਼ਾ ਅੱਲਾਹ ਬਹੁਤ ਜਾਂਦਾ ਅੱਛਾ ਠੀਕ ਬਾਕੀ ਲਬਨਾਨ ਚੋਂ ਜ਼ਿਆਦਾ ਆਉਂਦਾ ਅਰਾਨ ਚੋਂ ਆਉਂਦਾ ਬਾਜਦੋ ਬਿਸਤਰ ਚ ਬਹੁਤ ਹੁੰਦਾ ਹਾਂਜੀ ਸਾਰੇ ਮੁਲਕਾਂ ਜਿਹੜੇ ਕੰਮ ਕਰਦੇ ਆ ਤੁਸੀਂ ਕਿਸੇ ਵੀ ਸ਼ੋਭੇ ਚ ਕੰਮ ਕਰਦੇ ਕੋਈ ਪਾਕਿਸਤਾਨ ਦੀ ਚੀਜ਼ ਹੱਥੇ ਚੜ੍ਹਦੀ ਉੱਥੇ ਬੰਦਾ ਕੰਮ ਕਰਦੇ ਖੁਸ਼ੀ ਨਹੀਂ ਹੁੰਦੀ ਇੱਕ ਵੱਖ ਉਹ ਵੀ ਦਿਲ ਕਰਦਾ ਹੁੰਦਾ ਵੀ ਉਹ ਹੀ ਲੈ ਜਾ ਕੇ ਪਕਾਈਏ ਕਿਉਂਕਿ ਬਾਕੀ ਤਾਂ ਫ੍ਰੀਜ਼ਰ ਹੀ ਹੁੰਦੀ ਹਰਸ਼ ਹੈ ਤੇ ਉਹ ਫਿਰ ਖਾਣ ਨੂੰ ਦਿਲ ਨਹੀਂ ਕਰਦਾ ਤੇ ਸਬਜ਼ੀ ਜਿਆਦਾ ਆਪਣਾ ਪਾਕਿਸਤਾਨ ਦੀ ਬਾਕੀ ਵੀ ਹਰ ਫਰੂਟ ਪਾਕਿਸਤਾਨ ਦਾ ਅੱਛਾ ਮਾਸ਼ਾਅੱਲਾ ਆਮ ਬਹੁਤ ਜਾਂਦਾ ਪਾਕਿਸਤਾਨ ਦਾ ਤੇ ਬਹੁਤ ਆਪਣਾ ਪਸੰਦ ਕਰਦੇ ਆ ਲੋਕ ਉਹ ਤੇ ਆਪਣਾ ਮਾਲਟਾ ਪਾਕਿਸਤਾਨ ਦਾ ਬਹੁਤ ਪਸੰਦ ਕਰਦੇ ਆ ਸਾਡੇ ਥੋੜੀ ਜੀ ਮੁਸ਼ਕਲ ਹੈਗੀ ਆ ਪੈਕਿੰਗ ਦੀ ਤੇ ਇਸ ਕਰਕੇ ਸਾਡੇ ਪੈਕੇਜ ਅੱਛੀ ਹੋ ਜਵੇ ਹਕੂਮਤ ਥੋੜਾ ਜਿਆ ਆਪਣਾ ਕਰੇ ਤੇ ਉਹ ਸਾਡਾ ਜਿਹੜਾ ਸਮਾਨ ਅੱਛੇ ਰੇਟ ਚ ਬਾਹਰ ਵੇਚ ਸਕਦਾ ਸਹੀ ਜੀ ਹੁਣ ਸਾਡਾ ਇੱਕ ਵਾਰ ਜੀ ਸੇਵ ਗਿਆ ਇੰਨਾ ਅੱਛਾ ਸੇਵ ਆ ਹਾਂਜੀ ਉਪਰਾਲੀ ਦੇ ਵਿੱਚ ਗਿਆ ਤੇ ਉੱਥੇ ਫਿਰ ਬਦਨਾਮੀ ਹੋਈ ਇਸ ਚੀਜ਼ ਦੀ ਕਿਉਂਕਿ ਇੰਨਾ ਅੱਛਾ ਸੇਵ ਸਾਡਾ ਉਹ ਜਿਹੜਾ ਬਾਹਰ ਜਾ ਕੇ ਉਪਰਾਲੀ ਦੇ ਵਿੱਚ ਗਿਆ ਉਹ ਤੇ ਹੁਣ ਇਨਸ਼ਾਅੱਲਾ ਕਾਰਟਨ ਛਾਟਨ ਲੱਗ ਰਿਹਾ ਵਾ ਤੇ ਪੈਕਿੰਗ ਅੱਛੀ ਹੋ ਰਹੀ ਆ ਤੇ ਅੱਛਾ ਸਮਾਨ ਮਿਲ ਕੇ ਇਨਸ਼ਾ ਅੱਛਾ ਫਰੂਟ ਐਂਡ ਵੈਜੀਟੇਬਲ ਦੋਨਾਂ ਚੀਜ਼ਾਂ ਦਾ ਤੁਹਾਡਾ ਕੰਮ ਹੁੰਦਾ ਹਾਂਜੀ ਹਾਂਜੀ ਦੋਨਾਂ ਦੋਨਾਂ ਦੇ ਮੰਡੀਪੁਰੀ ਮਾਸ਼ਾ ਅੱਲਾਹ ਬਹੁਤ ਵੱਡੀ ਮੰਡੀ ਹੈ ਜੀ ਉਹ ਸਹੀ ਜੀ ਉਹਦੇ ਵਿੱਚ ਫਿਰ ਫਰੂਟ ਵੈਜੀਟੇਬਲ ਹਰ ਚੀਜ਼ ਹੁੰਦੀ ਹੈ ਠੀਕ ਜੀ ਹਾਂਜੀ ਤੇ ਅੱਛਾ ਆਪਾਂ ਇਹ ਸ਼ੌਕ ਦੇ ਜਨੂਨ ਕਿੰਨਾ ਕਾ ਜੀ ਤੁਹਾਨੂੰ ਜਨੂਨ ਤਾਂ ਹੱਥੋਂ ਜ਼ਿਆਦਾ ਜੀ ਬਾਈ ਮਤੀਉੱਲਾ ਨੂੰ ਪਤਾ ਹੀ ਹੈ ਜੀ ਛੋੜੇ ਹੁੰਦੇ ਇਸ ਕੰਮ ਨਾਲ ਲੱਗੇ ਹੋਏ ਆ ਅੱਛਾ ਜੀ ਤੇ ਬਾਕੀ ਅੱਲਾ ਦਾ ਸ਼ੁਕਰ ਹੈ ਕਿ ਅੱਛਾ ਜਿੰਨੋਂ ਸੇ ਛੋਟੇ ਹੁੰਦੇ ਸੀ ਜੇ ਉਦੋਂ ਦੇ ਸ਼ੌਕ ਚ ਤੇ ਹੁਣ ਦੇ ਸ਼ੌਕ ਚ ਤੁਸੀਂ ਨਾਲ ਹੀ ਜੁੜੇ ਰਹੇ ਹੋ ਨਾ ਜੇ ਭਲਾ ਮਲਕਾਂ ਬਾਹਰ ਵੀ ਰਹੇ ਆਂ ਹਾਂਜੀ ਹਾਂਜੀ ਜ਼ਮੀਨ ਅਸਮਾਨ ਦਾ ਫਰਕ ਆ ਜੀ ਕੀ ਫਰਕ ਆ ਭਾ ਜ਼ਮੀਨ ਅਸਮਾਨ ਦਾ ਉਦੋਂ ਕਿਦਾਂ ਸੀ ਤੇ ਹੁਣ ਕਿਦਾਂ ਉਦੋਂ ਬਈ ਇਹ ਸੀਗਾ ਕਿ ਬੋਲ ਜਿਹੜੇ ਸੀਗੇ ਉਹ ਬੰਦੇ ਜੋੜਦੇ ਸੀ ਸਵਾਰ ਭਜਾਉਂਦੇ ਸੀ ਹਾਂਜੀ ਹੁਣ ਸਾਰਾ ਕੁਝ ਸਵਾਰ ਕਰਦੇ ਆ ਹਾਂਜੀ ਤੇ ਬੰਦਿਆਂ ਨੂੰ ਤਾਂ ਪਤਾ ਨਹੀਂ ਹੁੰਦਾ ਹਾਂਜੀ ਤੇ ਉਹਨਾਂ ਨੇ ਵਿਚਾਰੇ ਨੇ ਕਿਸੇ ਹੋਰ ਨੂੰ ਹਾਂ ਕੀਤੀ ਹੁੰਦੀ ਆ ਹਾਂਜੀ ਤੇ ਦੌਰ ਵਾਲੇ ਜਿਹੜਾ ਬੋਲ ਦਾ ਕਿਸੇ ਹੋਰ ਨਾਲ ਜੁੜਿਆ ਹੁੰਦਾ ਉਹ ਇਸ ਕਰਕੇ ਹੁਣ ਮਜ਼ਾ ਨਹੀਂ ਰਿਹਾ ਹੈਗਾ ਤੇ ਚੱਲਦਾ ਪਿਆ ਵਾ ਲੇਕਿਨ ਅੱਗੇੋਂ ਜ਼ਿਆਦਾ ਹੋ ਗਿਆ ਸ਼ੌਕ ਸ਼ੌਕ ਤਾਂ ਇੰਨਾ ਹੋ ਗਿਆ ਤੁਸੀਂ ਸਮਝ ਲਵਾਜੇ ਵੀ ਜਿਹੜਾ ਫੈਸਲਾਬਾਦ ਦੀ ਦੌੜ 100 ਗੱਡੀ ਐਂਟਰ ਹੋਈ ਹੋਈ ਆ ਖੀਰੇ ਦੋਂਦੇ ਨੇ ਤੇ ਉਦੋਂ ਹੁੰਦੀਆਂ ਹੁੰਦੀਆਂ ਸੀਗੀਆਂ ਜੱਸੀ ਗੱਡੀਆਂ ਐਂਟਰ ਹੋਈਆਂ ਸੀ ਕਹਿੰਦਾ ਸੀ ਬਹੁਤ ਗੱਡੀਆਂ ਐਂਟਰ ਹੋ ਗਈਆਂ ਤੇ ਉਦੋਂ 50 ਤੋਂ ਗੱਡੀਆਂ ਉੱਤੇ ਜਦੋਂ ਹੁੰਦੀਆਂ ਸੀ ਤਾਂ ਜਿਹੜਾ ਦੌੜ ਰੱਖਣ ਵਾਲਾ ਹੁੰਦਾ ਸੀ ਉਹ ਬਹੁਤ ਖੁਸ਼ ਹੋ ਜਾਂਦਾ ਸੀ ਕਿ ਜਾਨੀ ਬਹੁਤ ਗੱਡੀਆਂ ਐਂਟਰ ਹੋ ਗਈ ਹੁਣ ਤੇ ਬਾਈ ਅਖੀਰੇ ਦੋਂਦੇ ਦੀ ਦੌੜ ਤੇ 100-100 ਗੱਡੀਆਂ ਐਂਟਰ ਹੋਈ ਹੁੰਦੀ ਐ 110-120 ਗੱਡੀਆਂ ਐਂਟਰ ਹੋਈ ਹੁੰਦੀ ਐ ਜਿਲੇ ਵਿੱਚ علاوہਦ ਦੀ ਵੀ ਜਿਲ੍ਹਾ ਟੋਬੇ ਦੀ ਵੀ ਦੌੜ ਮੁਕਦ ਦੀ ਨੀ ਰੋ ਦੌੜ ਹੁੰਦੀ ਹੈ ਅੱਛਾ ਜਾਨੀ ਤੁਹਾਡਾ ਕਹਿਣਾ ਇਹ ਹੈ ਕਿ ਕੰਮ ਬੇਸ਼ੱਕ ਵਧਿਆ ਲੇਕਿਨ ਉਹਦੇ ਵਿੱਚ ਮਜ਼ਾ ਨਹੀਂ ਹੈਗਾ ਮਜ਼ਾ ਉਸ ਦਾ ਨਹੀਂ ਨਹੀਂ ਮਜ਼ਾ ਨਹੀਂ ਹੈਗਾ ਜੀ ਜਿਵੇਂ ਉਸ ਤਰ੍ਹਾਂ ਦੀ ਨਹੀਂ ਪਹਿਲਾਂ ਮਜ਼ਾ ਨਹੀਂ ਹੈਗਾ ਜੀ ਹੁਣ ਜਿਹੜਾ ਪਹਿਲਾਂ ਮਜ਼ਾ ਸੀ ਉਹ ਹੁਣ ਨਹੀਂ ਤੇ ਇਹ ਮਸਜਿਦੇ ਸਿਰਫ ਔਰ ਸਿਰਫ ਜ਼ਿੰਮੇਦਾਰ ਸਵਾਰ ਹੀ ਹੈ ਜੀ ਬਸ ਨਹੀਂ ਹੁਣ ਸਵਾਰਾਂ ਨੂੰ ਵੀ ਅਸੀਂ ਕੱਲੇ ਨੂੰ ਨਹੀਂ ਕਹਿ ਸਕਦੇ ਇਹ ਮਾਲਕਾਂ ਦਾ ਵੀ ਕਸੂਰ ਹੈ ਜੀ ਸੁਬਾਰ ਨਹੀਂ ਹੈ ਮਾਲਕ ਆਪਾ ਕਿਉਂ ਮਾਲਕ ਕਿਉਂ ਸਾਰੀ ਇੱਕ ਦੂਜੇ ਹੁਣ ਮੈਂ ਤੁਹਾਡੇ ਤੇ ਅਮਰ ਭਾਈ ਨੂੰ ਕਹਿੰਦਾ ਜੋ ਕਰਦੇ ਤੂੰ ਕਰਦੇ ਬਾਅਦ ਚ ਕਿਸੇ ਨੂੰ ਜਵਾਬ ਦੇਵਾਨਾ ਉਹ ਯਾਰ ਸੁਬਾਰ ਨੇ ਜੋੜਦਾ ਜੋੜ ਆਪ ਨਹੀਂ ਜੋੜ ਸਕਦਾ ਤੂੰ ਤੇ ਗੱਲ ਇਹ ਆ ਵੀ ਸੁਬਾਰ ਨੂੰ ਤਾਂ ਕੱਲੇ ਨੂੰ ਨਾ ਦੋ ਹੱਥ ਨਾਲ ਤਾੜੀ ਨਾ ਵੱਜਦੀ ਇੱਕ ਨਾਲ ਨਹੀਂ ਵੱਜਦੀ ਤੇ ਜਦੋਂ ਤੱਕ ਅਸੀਂ ਕਿਸੇ ਨੂੰ اختیار ਨਹੀਂ ਦਿੰਦੇ ਜਦ ਤੱਕ ਕੋਈ اختیار ਫੜਦਾ ਚੋਰੀ ਤੇ ਜੇ ਅਗਰ ਕੋਈ ਨਾ ਕੋਈ ਬੰਦਾ ਟਿੱਲ ਦਿੰਦਾ ਤੇ ਇਖਤਿਆਰ ਦੀ ਗੱਲ ਸੁਣ ਲੋ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਇਖਤਿਆਰ ਦੀ ਗੱਲ ਸੁਣ ਲੋ ਕਿ ਮੈਂ ਚਾਬਿਆਂ ਨਾਲ ਲੱਖਾਂ ਬਾਲ ਤੋਂ ਰੂਹ ਤੇ ਦੌੜ ਦਾ ਮੰਗਿਆ ਸੀ ਅੱਜ ਇਕਵਾਲ ਸਾਹਿਬ ਜਿੰਦਾ ਹਜੇ ਵੀ ਉਹਨਾਂ ਨੇ ਮੈਨੂੰ ਮੰਗ ਕੇ ਦਿੱਤਾ ਸੀ ਬਾਈ ਜ਼ਾਹਦ ਉਹਨੂੰ ਹੱਕ ਦਾ ਹੁੰਦਾ ਸੀ ਇਹ ਸੇ ਟਿੰਡੇ ਹਾਂਜੀ ਇਹਨਾਂ ਨੇ ਫੁੱਲ ਜ਼ੋਰ ਲਾਇਆ ਸੀ ਕਿ ਬਾਲ ਤੋਂ ਕਰਵਾਉਣ ਤੇ ਨਹੀਂ ਜਾਣਾ ਚਾਹੀਦਾ ਤੇ ਅਲਹਮਦੁਲਿਲਾ ਬਾਲ ਗਰਾਊਂਡ ਚ ਗਿਆ ਸੀ ਤੇ ਬਾਕੀ ਇਹ ਉਦੋਂ ਹੁੰਦੀ ਸੀ ਗਲਤ ਬੰਦਿਆਂ ਦੀ ਅੱਜ ਸਾਹਿਬ ਨੇ ਮੈਨੂੰ ਕਿਹਾ ਤੂੰ ਆਮਨਾ ਘਰ ਬੈਠ ਬਾਲ ਤੋਂ ਗਰਾਊਂਡ ਜਾਊਗਾ ਇਨਸ਼ਾਅੱਲਾ ਬਾਲ ਤੋਂ ਗਰਾਊਂਡ ਚ ਵੀ ਆ ਉਦੋਂ ਬੰਦਿਆਂ ਦੀ ਗੱਲਾਂ ਹੁੰਦੀਆਂ ਸੀ ਹੋਣ ਦੇ ਭਾਈ ਜੀ ਪਤਾ ਹੀ ਨਹੀਂ ਲੱਗਦਾ ਕਿਨੇ ਕਿੰਨਾ ਜੋੜਿਆ ਹੋਇਆ ਕੀ ਬਣਦਾ ਕੀ ਨਹੀਂ ਬਣਦਾ ਆ ਹੁਣ ਆਹੋ ਹੀ ਦੌੜ ਜਿਹੜੀ ਦੁੰਦ ਚੌਗਿਆ ਆਪਣਾ ਚੌਗਿਆ ਜਵਾਨ ਕੱਲ ਭੱਜ ਗਿਆ ਹੜੀ ਆ ਉੱਤੇ ਫਖਰਾ ਟੋਬਾ ਦਾ ਜੋੜ ਦੋਵਾਂ ਬਾਲਾਂ 'ਤੇ ਚੜਿਆ ਹੋਇਆ ਸੀ ਭੱਜਿਆ ਉਹ ਕੱਲ ਹੈ ਹੀ ਨਹੀਂ ਨਹੀਂ ਭਾ ਉਹ ਚੜਨ ਨੂੰ ਤੇ ਕਿਹੜਾ ਕਿਸੇ ਨੂੰ ਫੜ ਲੈਣਾ ਜਿੰਦਾ ਮਰਜੀ ਕੋ ਬਣਾ ਲੈ ਨਹੀਂ ਆ ਥੋੜੀ ਬਹੁਤੀ ਕੋ ਨਿਕਲਦੀ ਗੱਲ ਤੇ ਫੇਰ ਹੀ ਅਗਲਾ ਚਾੜਦਾ ਨਾ ਐਵੇਂ ਕਿਦਾਂ ਕੋ ਉਚਾੜ ਲੂਗਾ ਜੋੜ ਜਿਹੜੇ ਆਪਣਾ ਜਦੋਂ ਭਾਈ ਇਦਾਂ ਫੇਕ ਜੋੜ ਚੜਦਾ ਹਾਂਜੀ ਤੇ ਉਹਦੇ ਨਾਲ ਬੇਇੱਜ਼ਤੀ ਨਹੀਂ ਦਵਾ ਕਰਾਉਂਦੀ ਹੁੰਦੀ ਜੀ ਬੇਇੱਜ਼ਤੀ ਤਾਂ ਹੁੰਦੀ ਹੈ ਤਾਂ ਹੁਣ ਜੋੜ ਚੜਾਉਣੇ ਉਹਨੂੰ ਚਾਹੀਦਾ ਨਾ ਪਹਿਲਾਂ ਥੋੜਾ ਜਿਹਾ ਕਨਫਰਮ ਕਰੇ ਪਹਿਲਾਂ ਥੋੜਾ ਜਿਹਾ ਗਰੁੱਪ ਹੁੰਦੇ ਸੀ ਸਾਡਾ ਗਰੁੱਪ ਜਿਹੜਾ ਆਪਣਾ ਸ਼ਕੀਨ ਬੜਦਾ ਹੁੰਦਾ ਆਜ਼ਾਦ ਭਾਈ ਚਲਾ ਰਹੇ ਜਿਹੜੇ ਨਹੀਂ 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 ਜੀ ਰਾਣਾ ਆਸ਼ਕ ਸਾਹਿਬ ਦੇ ਭਾਈ ਰਮੀਰ ਚਲਾਉਂਦੇ ਆਜ਼ਾਦ